सेंट्रल हलके के वार्ड नंबर 61 के चौक सैदा में कांग्रेस उम्मीदवार सुरेंद्र डावर के हक में एक जनसभा का आयोजन किया गया। पंजाब प्रदेश कांग्रेस कमेटी के सेक्रेटरी राकेश मल्होत्रा बंटू की अगुवाई में रखी इस मीटिंग में भारी गिनती में इलाका निवासी एकत्रित हुए। इस मीटिंग में पूर्व ADC सतीश मल्होत्रा, बाजवा नगर हुजरी एसोसिएशन के प्रधान दर्शन डावर, पार्षद पति अनिल मल्होत्रा, नंदलाल मल्होत्रा विशेष रूप से पहुंचे और इलाका निवासियों को सुरेंद्र डावर के हक में वोट करने की अपील की गई। इस पर बोलते क्या कहना था सुरेंद्र डावर का, सतीश मल्होत्रा का। जनसभा एक्सप्रेस टीवी के लिए लुधियाना से जसविंदर सिंह की रिपोर्ट। ਤੁਹਾਡੇ ਸਾਹਮਣੇ ਹੈ, ਲੋਕ ਸਾਰਿਆਂ ਨੇ ਅੱਜ ਇੱਥੇ ਬੰਟੂ ਮਲਹੋਤਰਾ ਨੇ ਮੀਟਿੰਗ ਕੀਤੀ ਹੈ, ਬੜਾ ਲੋਕਾਂ 'ਚ ਉਤਸ਼ਾਹ ਹੈ ਔਰ ਜਗ੍ਹਾ ਜਗ੍ਹਾ ਜਿੱਥੇ ਜਿੱਥੇ ਅੱਜ ਸਵੇਰੇ ਡੋਰ ਟੂ ਡੋਰ ਵੀ ਕੀਤਾ ਉਹ ਲੋਕ ਜਗ੍ਹਾ ਜਗ੍ਹਾ ਜਾ ਰਹੇ ਆ, ਕੋਈ 10 ਬੰਦੇ 20 ਬੰਦੇ 50 ਬੰਦੇ ਖੜ੍ਹ ਕੇ ਸਵਾਗਤ ਕਰ ਰਹੇ ਨੇ ਔਰ ਲੋਕ ਕਾਂਗਰਸ ਪਾਰਟੀ ਨੂੰ ਕਹਿੰਦੇ ਜਿਹੜਾ ਝਾੜੂ ਉਹ ਵਿਖਰ ਚੁੱਕਾ ਹੈ, ਝਾੜੂ ਦੀਆਂ ਕਰਤੂਤਾਂ ਸਭ ਨੂੰ ਪਤਾ ਹੈ ਕਿਸ ਤਰ੍ਹਾਂ ਦੇ ਬੱਚੇ ਦਰਜ ਹੋਏ ਨੇ, ਕੀ ਕੁਛ ਕਰ ਰਹੇ ਨੇ, ਕੇਜਰੀਵਾਲ ਕੀ ਕਰ ਰਿਹਾ, 4-4 ਸਾਲ ਦੀਆਂ ਬੱਚੀਆਂ ਦੇ ਉੱਤੇ ਰੇਪ ਕੀਤੇ ਜਾ ਰਹੇ ਨੇ, ਇਹ ਕੇਜਰੀਵਾਲ ਦੇ ਰਾਜ, ਲੋਕ ਕੇਜਰੀਵਾਲ ਨੂੰ ਨਹੀਂ ਚਾਹੁੰਦੇ, ਝਾੜੂ ਤੀਲੇ ਤੀਲੇ ਹੋਇਆ ਪਿਆ, ਇਸ ਕਰਕੇ ਕਾਂਗਰਸ ਪਾਰਟੀ ਦਾ ਸਾਥ ਦਿਓ। ਮਰਜ਼ੀ ਲਾਇਓ, ਇਹ ਲੋਕਾਂ ਦਾ ਮਨ ਬਣ ਚੁੱਕਿਆ ਵੀ ਉਹਨਾਂ ਨੇ ਇਸ ਵਾਰ ਇੱਥੋਂ ਕਾਂਗਰਸ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਸੁਰਿੰਦਰ ਡਾਵਰ ਉਹਨੂੰ ਜਿਤਾ ਕੇ ਭੇਜਣਾ ਔਰ ਉਹਨੂੰ ਇੰਨੇ ਮਾਰਜਨ ਨਾਲ ਜਿਤਾ ਕੇ ਭੇਜਣਾ ਵੀ ਇਹਨਾਂ ਲੋਕਾਂ ਦੀਆਂ ਅੱਖਾਂ ਖੁੱਲ ਜਾਣਗੀਆਂ। ਭਲਵਾਨ ਵੀ ਅੱਜ ਜਿਹੜੇ ਅਖਾੜੇ 'ਚ ਪਹੁੰਚਣਗੇ, ਖਲੀ ਵੀ ਆਊਗਾ ਜਿਹੜਾ ਭਲਵਾਨ ਮੰਨਿਆ ਜਾਂਦਾ ਵਾ, ਮੈਂ ਚੁਣੌਤੀ ਮੈਂ ਖਲੀ ਨੂੰ ਵੀ ਚੰਗੀ ਤਰ੍ਹਾਂ ਜਾਣਦਾ, ਮੈਂ ਤੁਹਾਨੂੰ ਦੱਸਿਆ ਜਿਹੜੇ ਮਰਜ਼ੀ ਆ ਜਾਣ, ਜਿਹੜਾ ਸਾਡਾ ਭਲਵਾਨ ਆ ਸੁਰਿੰਦਰ ਡਾਵਰ ਇਹ ਸਾਰਿਆਂ ਨੂੰ ਚਿੱਤ ਕਰਕੇ 20 ਤਰੀਕ ਨੂੰ ਤੁਹਾਡੇ ਸਾਹਮਣੇ ਹੋ ਜਾਣਾ ਔਰ ਜਦੋਂ ਰਿਜ਼ਲਟ ਆਏਗਾ ਤਾਂ ਇੱਕੋ ਇੱਕ ਭਲਵਾਨ ਹੋਏਗਾ ਉਹ ਹੋਏਗਾ ਸੁਰਿੰਦਰ। ਕਿਸਾਨਾਂ ਨੇ ਇੱਕ ਵਾਰ ਫਿਰ ਐਲਾਨ ਕੀਤਾ ਕਿ ਮੋਦੀ ਦੀ ਰੈਲੀ ਦੇ ਮੋਦੀ ਦਾ ਜਦੋਂ ਪੰਜਾਬ ਉਹ ਵਿਰੋਧ ਹੋਊਗਾ, ਕੀ ਕਹਿਣਾ ਉਹਦੇ ਬਾਰੇ? ਦੇਖੋ ਮੈਂ ਇਸ ਗੱਲ ਲਈ ਜ਼ਰੂਰ ਕਿਸਾਨਾਂ ਨੂੰ ਵੀ ਸੋਚਣਾ ਚਾਹੀਦਾ ਕਿਉਂਕਿ ਚੁਣਾਵੀ ਜਿਹੜੇ ਮਾਹੌਲ ਚੱਲ ਰਿਹਾ, ਸੋ ਮੈਨੂੰ ਨਹੀਂ ਲੱਗਦਾ ਹਰ ਇੱਕ ਨੂੰ ਗੱਲ ਕਹਿਣ ਦਾ ਅਧਿਕਾਰ ਆ ਸਾਡੇ ਦੇਸ਼ ਦੇ ਵਿੱਚ। ਮੈਂ ਕਿਸਾਨਾਂ ਨੂੰ ਵੀ ਇਹ ਗੱਲ ਕਹਾਂਗਾ ਵੀ ਜਿਹੜੀ ਕੋਈ ਗੱਲ ਕਹਿੰਦਾ ਕਹਿਣ ਦਿਓ ਉਹਨੂੰ, ਕਿਉਂਕਿ ਲੋਕਾਂ ਦੇ ਤਾਂ ਮਨ ਬਣੇ ਹੋਏ ਨੇ, ਤੁਹਾਡੇ ਰੋਕਣ ਨਾਲ ਜਾਂ ਤੁਹਾਡੇ ਕਹਿਣ ਨਾਲ ਕੁਛ ਨਹੀਂ ਹੋਣਾ। ਅੱਜ ਲੋਕਾਂ ਦਾ ਇੱਕ ਮਨ ਬਣਿਆ ਹੋਇਆ ਵੀ ਅਸੀਂ ਇਸ ਵਾਰ ਕਾਂਗਰਸ ਪਾਰਟੀ ਨੂੰ ਜਿਤਾਉਣਾ। ਦੂਜੀ ਗੱਲ ਦੇਖੋ, ਕਾਂਗਰਸ ਪਾਰਟੀ ਨੇ ਇੱਕ ਐਸਾ ਚਿਹਰਾ ਲਿਆਂਦਾ, ਦਲਿਤ ਚਿਹਰਾ ਲਿਆਂਦਾ, ਅੱਜ ਜਿਹੜੇ ਆਮ ਲੋਕ ਨੇ, ਗਰੀਬ ਲੋਕ ਨੇ, ਦਲਿਤ ਲੋਕ ਨੇ, ਉਹਨਾਂ ਨੂੰ ਬਹੁਤ ਵੱਡੀ ਖੁਸ਼ੀ ਹੈ ਵੀ 72 ਸਾਲਾਂ ਬਾਅਦ ਸਾਡੀ ਵੀ ਕਿਸੇ ਨੇ ਸੁਣਵਾਈ ਕੀਤੀ ਹੈ ਔਰ ਅਗਰ ਉਹ ਸੁਣਵਾਈ ਕੀਤੀ ਹੈ ਤਾਂ ਸਿਰਫ ਅਤੇ ਸਿਰਫ ਕਾਂਗਰਸ ਪਾਰਟੀ ਨੇ ਕੀਤੀ ਹੈ। ਸੋ ਇਹ ਲੋਕਾਂ ਦੇ ਵਿੱਚ ਖੁਸ਼ੀ ਆ ਅਤੇ ਜੋ ਦੇਖੋ ਤੁਸੀਂ 5 ਸਾਲ ਕਿਸੇ ਦੀ ਬਾਂਹ ਨਹੀਂ ਫੜੀ, ਕਿਸੇ ਨੂੰ ਪੁੱਛਿਆ ਨਹੀਂ, ਕਿਸੇ ਨੂੰ ਨਾਲ ਨਹੀਂ ਜੋੜਿਆ, ਕਿਸੇ ਦੇ ਦੁੱਖ ਸੁੱਖ 'ਚ ਨਹੀਂ ਗਏ। ਇਹ ਸੁਰਿੰਦਰ ਡਾਵਰ ਐਸਾ ਵਿਅਕਤੀ ਆ ਵੀ ਹਰ ਵਿਅਕਤੀ ਦੇ ਦੁੱਖ ਸੁੱਖ ਦੇ ਵਿੱਚ ਜਾਂਦਾ, ਹਰ ਜਿਹੜਾ ਮਰਜ਼ੀ ਹੋਵੇ ਜਿਹਨੂੰ ਕੋਈ ਕੰਮ ਹੋਵੇ ਇਹਦੇ ਦਰਵਾਜ਼ੇ ਖੁੱਲ੍ਹੇ ਨੇ। ਸੋ ਅੱਜ ਕੁਛ ਵੀ ਚਾਹੇ ਭਲਵਾਨ ਚੱਕ ਲਿਆਉਣ, ਚਾਹੇ ਕਿੱਡੇ ਮਰਜ਼ੀ ਦਿੱਗਜ ਲਿਆਉਣ, ਅੱਜ ਕਿਤੇ ਨਾ ਕਿਤੇ ਲੋਕਾਂ ਨੇ ਮਨ ਬਣਾਇਆ ਹੋਇਆ। ਭਗਵੰਤ ਮਾਨ ਦਾ ਹੀ ਵਿਰੋਧ ਹੋਇਆ ਅਟਾਰੀ ਦੇ ਵਿੱਚ, ਉਹਦੇ ਗੜਾ ਮਾਰਿਆ ਗਿਆ ਲੋਕਾਂ ਵੱਲੋਂ ਜਦੋਂ ਉਹ ਰੋਡ ਸ਼ੋਅ ਕੱਢ ਰਿਹਾ ਸੀ, ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦਾ ਫਿਊਚਰ ਕੀ ਆ? ਦੇਖੋ ਆਮ ਪਾਰਟੀ ਦਾ ਫਿਊਚਰ ਜੇ ਤੁਸੀਂ ਮੇਰੇ ਤੋਂ ਸੱਚਾਈ ਗੱਲ ਪੁੱਛਦੇ ਹੋ, ਬਹੁਤ ਸਮਾਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇੱਕ ਗੋਰੇ ਅੰਗਰੇਜ਼ ਨੇ ਲਾਲ ਕਿਲੇ ਦੀ ਸਲੀਬ 'ਤੇ ਖੜ੍ਹ ਕੇ ਕਿਹਾ ਸੀ ਵੀ ਮੈਂ ਹਿੰਦੁਸਤਾਨ ਨੂੰ ਅਸੀਂ ਇੰਗਲੈਂਡ ਬਣਾਉਣਾ ਚਾਹੁੰਦੇ ਹਾਂ, ਇੰਗਲੈਂਡ ਮਾਡਲ ਦੇਣਾ ਚਾਹੁੰਦੇ ਹਾਂ, ਇਹ ਗੱਲ ਗੋਰੇ ਅੰਗਰੇਜ਼ ਨੇ ਕਹੀ ਸੀ ਔਰ ਸਾਡੇ ਲੋਕਾਂ ਨੇ ਉਹ ਗੱਲ ਮੰਨ ਲਈ ਔਰ ਉਹਦਾ ਨਤੀਜਾ ਕੀ ਨਿਕਲਿਆ? ਸਾਨੂੰ ਹਿੰਦੁਸਤਾਨ ਨੂੰ 200 ਸਾਲ ਗੁਲਾਮੀ ਝੱਲਣੀ ਪਈ, 200 ਸਾਲ ਅਸੀਂ ਉਸ ਮਾਡਲ ਦੇ ਚੱਕਰ ਵਿੱਚ ਅਸੀਂ 200 ਸਾਲ ਹਿੰਦੁਸਤਾਨ ਗੁਲਾਮ ਰਿਹਾ। ਹੁਣ ਜਿਹੜਾ ਦਿੱਲੀ ਮਾਡਲ ਆ ਰਿਹਾ ਇਹ ਰਾਬੀ